ਡੋਲੇ ਪੰਜਾਬੀ ਜ਼ਬਾਨ ਦੀ ਐਸੀ ਸਿਨਫ ਹੈ ਜਿਹੜੀ ਸੀਨਾ ਪਸੀਨਾ ਚਲਦੀ ਰਹੀ ਔਰ ਇਹਨੇ ਪੰਜਾਬੀ ਜ਼ਬਾਨ ਨੂੰ ਸਭ ਤੋਂ ਜ਼ਿਆਦਾ ਜ਼ਿੰਦਾ ਰੱਖਿਆ। ਮੈਂ ਬਿਲਾ ਤਮਹੀਦ ਡੋਲਿਆਂ ਦੇ ਮਹਿਮਾਨੇ ਖਸੂਸੀ ਜਨਾਬ ਮਾਰ ਅਬਦੁਲ ਸਤਾਰ ਅਲੀਮ ਹਰਲ ਸਾਹਿਬ ਬ੍ਰਿਗੇਡੀਅਰ ਅਬਦੁਲ ਸਤੀਮ ਹਰਲ ਸਾਹਿਬ ਨੂੰ ਗੁਜ਼ਾਰਿਸ਼ ਹੈ ਜਨਾਬ ਬ੍ਰਿਗੇਡੀਅਰ ਅਬਦੁਲ ਸਤਾਰ ਅਲੀਮ ਹਰਲ ਸਾਹਿਬ ਕਿ ਸਟੇਜ ਤੇ ਤਸ਼ਰੀਫ ਲੈ ਆਵੇਂ। ਖਸੂਸੀ ਕਰਨਲ ਅਬਦੁਲ ਜਬਾਰ ਭੱਟੀ ਸਾਹਿਬ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਇਹ ਉਹ ਕਰਨਲ ਅਬਦੁਲ ਜਬਾਰ ਭੱਟੀ ਏ ਜਿਨੇ 59 ਸਾਲ ਦੀ ਉਮਰ ਵਿੱਚ ਮਾਊਂਟ ਐਵਰੈਸਟ ਸਰ ਕੀਤਾ ਹੈ। ਇਹ ਪਾਕਿਸਤਾਨ ਦਾ ਹੀਰਾ ਹੈ। 59 ਸਾਲ ਦੀ ਉਮਰ ਵਿੱਚ ਮਾਊਂਟ ਐਵਰੈਸਟ ਸਰ ਕੀਤਾ ਨੇ ਔਰ ਇਹਨਾਂ ਤੇ ਕੋਲ ਰਾਈਜ਼ ਆਕਸੀਜਨ ਵੀ ਮੁੱਕ ਗਈ ਆਈ। ਤੇ ਰਸੂਲ ਮਕਬੂਲ ਤੋਂ ਬਾਅਦ ਸਿਰਫ 1 ਮਿੰਟ ਦੀ ਇੰਤਜ਼ਾਰ ਹੈ। ਮਾਰ ਅਰਸ਼ਾਦ ਅਹਿਮਦ ਖਾਨ ਸਿਆਲ ਐਡਵਾਈਜ਼ਰ ਟੂ ਪ੍ਰਾਈਮ ਮਿਨਿਸਟਰ ਸਿਰਫ ਗੇਟ ਅੱਗੇ ਆ ਗਏ ਉਹ ਆਮਦਨ ਤੇ ਡੋਲੇ ਸ਼ੁਰੂ ਕਰੇ ਸਾ। ਉਹਨਾਂ ਦੀ ਖਾਹਿਸ਼ ਆਈ ਕਿ ਮੇਰੇ ਆਉਣਾ ਸ਼ੁਰੂ ਕਰਿਆ ਹੈ ਤੇ ਮੈਂ ਹੁਣ ਜਨਾਬ ਫਿਜ਼ਾਉਲਾ ਸੱਜਣ ਕਾ ਚਿਤਰਾ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਤੁਸੀਂ ਆ ਜਾਓ। ਅੱਗੇ ਟਾਈਮ ਜ਼ਿਆਦਾ ਹੋ ਗਿਆ ਤੇ ਇੱਕ ਡੋਲਿਆਂ ਵਾਲਾ ਅਸਾਂ ਵਿੱਚੋਂ ਖਤਮ ਕਰ ਦਿੱਤਾ ਹੈ। ਅਹਿਮਦ ਖਾਨ ਬਰਵਾਣੇ ਦੇ ਡੋਲੇ ਹੁਣ ਖਤਮ ਕਰ ਦਿੱਤੇ ਨੇ। ਫਿਜ਼ਾਉਲਾ ਸੱਜਣ ਕਾ ਇੱਕੋ ਡੋਲੇ ਆਕਸੀ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਸਟੇਜ ਤੇ ਤਸ਼ਰੀਫ ਲੈ ਆਓ। ਉਹ ਆ ਰਹੇ ਨੇ ਸਿਆਲ ਸਾਹਿਬ 1 ਮਿੰਟ ਬਾਅਦ ਤੇ ਫਿਰ ਸ਼ੁਰੂ ਕਰ ਦੇਣਾ। ਤਾੜੀਆਂ ਦੀ ਗੂੰਜ ਹੈ ਜਨਾਬ। ਜ਼ੈਦਾ ਉਹਨਾਂ ਕਿੱਥੇ ਰਹਿ ਗਏ? ਮਾਰ ਅਰਸ਼ਾਦ ਅਹਿਮਦ ਖਾਨ ਸਿਆਲ ਸਾਹਿਬ ਐਡਵਾਈਜ਼ਰ ਟੂ ਪ੍ਰਾਈਮ ਮਿਨਿਸਟਰ ਆਜੂ ਬੜਿਆ ਬੈਠਾ ਤੂੰ ਦਾਰੂ ਦੇਵੀ ਮਰਜ਼ਾਂ ਕੀ ਜੀਆਂ ਲਾ ਦੋ ਗਏ ਨੇ ਲਾ ਦਸਾਂ ਵੀ ਜਾਵਣਾ ਟਿਕਾਣਾ ਛੱਡਣਾ ਇਸੇ ਜਨ ਗਿਆਂ ਮਾਵਾਂ ਤੂੰ ਬਾਜ ਚੈਨ ਕੋਈ ਨਹੀਂ ਆਉਂਦਾ ਮੋੜ ਮੂੰਹ ਨਹੀਂ ਡਿੱਠਾ ਮੈਂ ਰੋਟੀਆਂ ਥਿਦੀਆਂ ਆਈਦਾ ਮਾਨ ਦੀਆਂ ਮੰਨੇ ਰਾਏ ਗਈਆਂ ਵਈ ਮੂੰਹਾਂ ਬਾਈ ਅਮਜੀ ਅਦੂ ਚੇਤਾ ਫੁੱਲ ਵਧਾਈ ਬਾਜੀਆਂ ਰਿਧੀਆਂ ਆਈਦਾ ਚੋਪ ਕਰ ਕੇ ਵਾਗ ਕੇ ਸਜਾਣ ਬੋਦੀਆਂ ਦੇ ਵਾਟ ਕਰ ਕੇ ਵਾਗ ਗੱਲਾਂ ਮੇਰੀਆਂ ਸਿੱਧੀਆਂ ਆਈਦਾ ਵਿਛੋੜ ਸਜਣਾ ਦਾ ਸੁਣ ਕੇ ਗੱਲਿਆ ਪਾੜ ਜਾਂਦਾ ਵਈ ਮੂੰਹਾਂ ਗੁਲਾਮ ਔਰ ਦਜ਼ਾਈ ਜਿਵੇਂ ਠੱਪਾ ਹੁੰਦਾ ਚਾਦਰ ਛਿਪੀਆਂ ਆਈਦਾ ਜੀਂਦਾ ਵਤਨਾ ਤਾਂ ਇੱਕ ਵਾਰੀ ਵਾਰੀ ਫੇਰਾ ਪਤਵਾਣ ਕੇ ਕਰੇ ਤੂੰ ਸਾਡੀਆਂ ਦੁੱਖੀ ਦਿਹਾੜੀਆਂ ਨਿਭੀਆਂ ਆਈਦਾ ਬੁੱਧਾ ਕਾਵਿਆਂ ਸੋਹਣ ਸਿਰ ਦੇ ਉੱਤੇ ਛੱਤਿਆਂ ਦੀਆਂ ਠਾਵਾਂ ਮਾਂ ਰੰਗਾ ਮੇਵਾ ਕੋਈ ਨਹੀਂ ਆਉਂਦਾ ਇਹਨਾਂ ਤੂੰ ਪਿੱਛੋਂ ਤਰੋਟ ਕੇ ਟੁੱਟ ਆਉਂਦੀਆਂ ਇਹਨੇ ਲਾਵਾਂ ਜਿਨ੍ਹਾਂ ਦੇ ਕੋਲ ਫੈਸਲ ਮਾਵਾਂ ਮਾਰ ਜਾਂਦੀਆਂ ਪਿੱਛੂ ਜੇੜ ਗਈਆਂ ਦਿਸਦੀਆਂ ਥਾਵਾਂ ਪੋਤਰ ਜੇ ਘਰੂ ਇੱਕੀ ਬਾਰ ਵੀ ਮਾਵਾਂ ਆਈ ਤੱਕਦੀਆਂ ਰਾਂਦੀਆਂ ਰਾਵਾਂ ਪਿਓ ਦੀ ਸਿਹਰ ਦੇ ਉੱਤੇ ਸਿਆਲ ਛਾਉਂਦੀ ਏ ਬੀਰਾ ਆਉਂਦੀ ਆਈ ਬੀਰਾਵਾਂ ਦੀਆਂ ਬਾਵਾਂ ਦੀਆਂ ਖੁਸ਼ਹਾਲ ਜੱਫਾ ਵੜ ਖੋਂਦੀਆਂ ਮਾਲ ਭਰਾਇਆ
ਪੁੱਤਰਾਂ ਦਾ ਇੱਕ ਲੱਗਦਾ ਜੂ ਨਾਵਾ ਮੇਰੀ ਆਪਣੀ ਜਿਹੜ ਦੇ ਦੀ ਮੋਈਏ ਮਾਂ ਪਿਆਰੀ ਆ ਹੁਣ ਬਲਾ ਮਾਈ ਬਸ਼ਬੂ ਕਿਹੜੀ ਨੂੰ ਜਾਵਾ ਮੇਰੀ ਆਪਣੀ ਉਸੜੀ ਵਧੀ ਦੇਲ ਨੀ ਮਾਣੀ ਆ ਜਿਵੇਂ ਚੱਕਲੀ ਨੂੰ ਦਿੰਦਾ ਛਾੜ ਵਸਾਵਾ ਮਾਰ ਗਈ ਵੇਖੀ ਮਾਂ ਤੂੰ ਪਿੱਛੇ ਆ ਪੋਤਰਨ ਵਾਰ ਦਿਆ ਮੈਨੂੰ ਖੂਆ ਆਪਣਾ ਦਿਸਦਾ ਇਨਾ ਗਾਰਾ ਡਰਾਵਾ ਦੰਮੀ ਸਾਜਰ ਉੱਠੀਆਂ ਡਲੀਵਿਆਂ ਦੀ ਵਧੀਆਂ ਛਾਂ ਦਰਵਾਜ਼ੇ ਆਈਦੀਆ ਦਿਆਂ ਬਦਿਆਂ ਜਾਂਦਿਆਂ ਗੁਲਾਮ ਮੋਰ ਦਸਾ ਡੇਲ ਨੀ ਲੱਗਦੀ ਆ ਸਾਰੀ ਸਭ ਖੇੜੀ ਆਈ ਅੱਲਾ ਪਾਕ ਬੇਨਿਆਜ਼ੀ ਆਈਦੀ ਆ ਮੈਂ ਮਰਨਾ ਤਾਂ ਤੂੰ ਲਾਜ਼ਮੀ ਆਵੀ ਆ ਅਜੇ ਪਿਆਵਾ ਉਹਦੀ ਗਰਲਣੀ ਖੀ ਗਾਲ ਜਨਾਜ਼ੀ ਆਈਦੀ ਆ ਤੂੰ ਆਡੇ ਆਇਆ ਫੈਸਲਾ ਲਗਾਵਾਂ ਰੂ ਰਾਜੀ ਹੋਸੀ ਆ ਇੰਜੀ ਓਏ ਖੁਸ਼ਾਲ ਦੀ ਆਈ ਰੌਣਾ ਗੁਆੜੀਏ ਘੜੀ ਗਲਾਜ਼ੀ ਆਈਦੀ ਆ ਫੌਜੀ ਬਾਜ਼ਾਰ ਟੁਰ ਦੀਵਾਰੀ ਵੇਖੀ ਮੂੰਹ ਮੇਰੇ ਨੂੰ ਆ ਸਾਈਆਂ ਮੇਰਿਆਂ ਨੂੰ ਆਈ ਕਰੀ ਗਾਲਣ ਤਾਜ਼ੀ ਆਈਦੀ ਆ ਇੱਥੇ ਜਾਨ ਮਿਆਰੀ ਨੂੰ ਤਲਖੀ ਲੱਗੀ ਵਧੀ ਹੋਈਏ ਕੋਈ ਬੰਦਾ ਸੁਰਖੀ ਜਗ੍ਹਾ ਦਾ ਪਾਣੀ ਤਾਜ਼ੀ ਆਈਦੀ ਆ ਮਾਰਦੇ ਵਾਗ ਗਿਆ ਨੂੰ ਕੋਈ ਨੀ ਯਾਦ ਕਰਿੰਦਾ ਚਾਚਾ ਤਾਂ ਸਾਰੀ ਗੱਲ ਖੀ ਮੂੰਹ ਮੁਲਾਦੀ ਆਈਦੀ ਕਾਵਿਆਂ ਰਲ ਕੇ ਬਵੀਏ ਕਈ ਸੋਚੀਏ ਟਾਈਮ ਗੁਜ਼ਾਰਾ ਜਿਹੜੀ ਕੀਤੀ ਆ ਸਜਣਾ ਨਾਲ ਸਾਡੇ ਆ ਜਾਨੀ ਹੋਈਏ ਕਾਈ ਨਹੀਂ ਗੱਲ ਵੀ ਸਾਰਾਣਦੀ ਆ ਅਗਲੀਆਂ ਬਾਨ ਕੇ ਬਾਤ ਛੱਲੇ ਲਾ ਲਿਆਨੇ ਆ ਅਸੀਂ ਤਾਂ ਨੀਤੀ ਵਧੀਆ ਸੀ ਆਈ ਜਿੰਦੜੀ ਵਾਰਾਣਦੀ ਆ ਹਾਰ ਦਾ ਬੋਲ ਜਾਂ ਮੀਰਾ ਹੁੰਦਾ ਆ ਇਹ ਵੱਡੀ ਗੱਲ ਆਈ ਕਾਵੜ ਮਾਰਾਣਦੀ ਆ ਅੱਜ ਤੂੰ ਜਾਵੀ ਵੇ ਮਿੱਠੂ ਤੋਤਿਆ ਬਲਕਾਈ ਤਾਂ ਕਰੀ ਜਾ ਗੁੱਸੇ ਉਨਾਂਦੇ ਠਾਰਾਣਦੀ ਆਖੀ ਗੁੱਸਾ ਚੰਗਾ ਨਹੀਂ ਹੁੰਦਾ ਨਾਲਾ ਸਜਣਾ ਦੀ ਆਈ ਸ਼ਰੀਕ ਇੰਜਾ ਕਰਿੰਦਾ ਖੇਡੂ ਜਾਣਦੀ ਆ ਤਾੜੀਆਂ ਵਾਲਾ ਬੰਦਾ ਮਗਰ ਆਉਂਦੇ ਆਏ ਰਾਮ ਹਰ ਲਾਉਣਾ ਨੂੰ ਆਦਾ ਤੇ ਆਈ ਢੇਰ ਪਾੜ ਪਾੜ ਆਣਦੀ ਆ ਉਹਨੂੰ ਮਰ ਤਜ਼ਾ ਤੂੰ ਆਖੀਆ ਜੀਦਿਆ ਸਜਾਣ ਕੇ ਨੂੰ ਸਲਾਮ ਨਾਉਂ ਦੇ ਦੇਂਦਾ ਆਈ ਮੈਂ ਮੇਰਾ ਮਾਰ ਗਏ ਤੂੰ ਪਿੱਛੇ ਆਈ ਲੋੜ ਕਾਈ ਨੂੰ ਕਮਰਾਂ ਤੇ ਉਛਾੜ ਚਾੜਾਣਦੀ ਆ ਜਿੰਨਾ ਮਾਣ ਜਾ ਕਿਸੇ ਦਾ ਉੱਥੇ ਵਥਨਾ ਏ ਕੁੱਖ ਵਾਰੀ ਆਠ ਬਲੋਚ ਮੂਸਾ ਮਿੱਠੂ ਜੀ ਜੀਵੀ ਆਈ ਲੋੜ ਦੀਆਂ ਤਨ ਢੇਰ ਵਗਾਰਾਣ ਏ